ਸਾਡੇ ਨਬੀ ਨੇ ਆਖਿਆ ਕਿ ਸਾਡੇ ਜੀਵਨ ਦੇ ਵਿੱਚ ਤਿੰਨ ਨਿਰਗਮਨ ਹੁੰਦੇ ਹਨ। ਹਾਲੇਲੂਇਆ। ਨਿਰਗਮਨ ਨੂੰ ਅਸੀਂ ਪੰਜਾਬੀ ਚ ਕਹਿੰਦੇ ਹਾਂ ਕੂਚ। ਕੂਚ ਮਤਲਬ ਕਿ ਨਿਕਲ ਆਣਾ, ਰਵਾਨਾ ਹੋਣਾ। ਹਾਲੇਲੂਇਆ। ਜਿਹੜਾ ਪਹਿਲਾ ਨਿਰਗਮਨ ਸੀ, ਹਾਲੇਲੂਇਆ, ਉਹ ਸੀਗਾ ਕਿ ਜਦ ਮੂਸਾ ਨੇ ਇਜ਼ਰਾਈਲ ਨੂੰ ਮਿਸਰ ਚੋਂ ਬਾਹਰ ਕੱਢਿਆ। ਹਾਲੇਲੂਇਆ, ਇਹ ਫਸਟ ਨਿਰਗਮਨ ਹੈ। ਹਾਲੇਲੂਇਆ। ਜਦ ਇਜ਼ਰਾਈਲੀ ਜੰਗਲਾਂ ਦੇ ਵਿੱਚੋਂ ਹੋ ਕੇ ਜਾ ਰਹੇ ਸਨ, ਹਾਲੇਲੂਇਆ, ਤਦ ਉੱਥੇ ਖੁਦਾ ਨੇ ਬਹੁਤ ਸਾਰੇ ਇਜ਼ਰਾਈਲੀਆਂ ਨੂੰ ਮਾਰ ਦਿੱਤਾ। ਹਾਲੇਲੂਇਆ। ਕਿਉਂਕਿ ਖੁਦਾਵੰਦ ਉੱਥੇ ਇੱਕ ਕਾਰਯ ਕਰ ਰਿਹਾ ਸੀਗਾ ਕਿ ਉਹਨੇ ਫਸਟ ਕਾਰਯ ਕੀਤਾ ਕਿ ਇਜ਼ਰਾਈਲੀਆਂ ਨੂੰ ਮਿਸਰ ਚ ਕੱਢਿਆ, ਫਿਰ ਖੁਦਾਵੰਦ ਦੂਸਰਾ ਕੰਮ ਇਹ ਕਰ ਰਿਹਾ ਸੀ ਕਿ ਉਹਨਾਂ ਇਜ਼ਰਾਈਲੀਆਂ ਦੇ ਵਿੱਚੋਂ ਮਿਸਰ ਨੂੰ ਬਾਹਰ ਕੱਢ ਰਿਹਾ ਸੀ। ਹਾਲੇਲੂਇਆ। ਇਹ ਦੂਸਰਾ ਸਟੈਪ ਸੀ। ਹਾਲੇਲੂਇਆ। ਤੇ ਜਿਹੜਾ ਤੀਸਰਾ ਨਿਰਗਮਨ ਹੈ, ਹਾਲੇਲੂਇਆ, ਹਾਲੇਲੂਇਆ, ਉਹ ਬਹੁਤ ਹੀ ਮੁਬਾਰਕ ਤੇ ਇੱਕ ਬਹੁਤ ਹੀ ਮਨ ਪੌਂਦਾ ਨਿਰਗਮਨ ਹੈ। ਹਾਲੇਲੂਇਆ। ਕਿਉਂਕਿ ਜਦ ਦੂਸਰੇ ਸਟੈਪ ਦੇ ਵਿੱਚ ਇਜ਼ਰਾਈਲੀਆ ਦੇ ਅੰਦਰੋਂ ਮਿਸਰ ਨਿਕਲਿਆ, ਹਾਲੇਲੂਇਆ, ਤੇ ਉਸ ਨਿਕਲੇ ਹੋਏ ਝੁੰਡ ਦੇ ਵਿੱਚੋਂ ਜੋ ਛੋਟਾ ਝੁੰਡ ਸੀ ਉਹਦੇ ਵਿੱਚੋਂ ਵੀ ਇੱਕ ਦੁਲਹਨ ਕੱਢੀ ਗਈ। ਹਾਲੇਲੂਇਆ। ਉਹਨਾਂ ਇਜ਼ਰਾਈਲੀਆ ਦੇ ਵਿੱਚੋਂ ਵੀ ਦੋ ਇਜ਼ਰਾਈਲੀ ਏਦਾਂ ਦੇ ਕੱਢੇ ਗਏ ਜਿਹੜੇ ਉਸ ਪ੍ਰੋਮਿਸ ਕੀਤੇ ਗਏ ਲੈਂਡ ਦੇ ਉੱਤੇ ਪਹੁੰਚ ਸਕੇ। ਹਾਲੇਲੂਇਆ। ਇੱਕ ਮੈਂ ਜ਼ਿਕਰ ਕਰਦਾ ਯਹੋਸ਼ੂ ਤੇ ਕਾਲਿਬ ਦਾ। ਹਾਲੇਲੂਇਆ, ਹਾਲੇਲੂਇਆ। ਇਹ ਪ੍ਰਭੂ ਦੀ ਦੁਲਹਨ ਹੈ। ਹਾਲੇਲੂਇਆ। ਜਿੱਥੇ ਦੋ ਦੀ ਗੱਲ ਹੁੰਦੀ ਹੈ ਉੱਥੇ ਦੋ ਝੁੰਡਾਂ ਦੀ ਗੱਲ ਹੁੰਦੀ ਹੈ। ਹਾਲੇਲੂਇਆ। ਇਹਦੇ ਵਿੱਚ ਮੈਂ ਇਹ ਦੋ ਝੁੰਡ ਉਹ ਕਵਾਂਗਾ ਕਿ ਜਿਹੜੇ ਪੰਜ ਕੁਵਾਰੀਆਂ ਪਹਿਲੀਆਂ ਤੇ ਪੰਜ ਕੁਵਾਰੀਆਂ ਬਾਅਦ ਦੀਆਂ ਹਨ, ਜੋ ਪ੍ਰਭੂ ਯਿਸੂ ਮਸੀਹ ਦੀ ਦੁਲਹਨ ਹੋਣ ਦੀ ਆਸ਼ੀਸ਼ ਪਾਉਂਦੀ ਹੈ। ਹਾਲੇਲੂਇਆ। ਅਸੀਂ ਇਜ਼ਰਾਈਲ ਵਾਲੇ ਸੈਕਸ਼ਨ 'ਚ ਨਹੀਂ ਹਾਂ, ਅਸੀਂ ਅੰਨੇ ਜਾਤੀ ਦੇ ਸੈਕਸ਼ਨ 'ਚ ਹਾਂ ਜੋ ਰੈਪਚਰ ਦਾ ਹਿੱਸਾ ਹਨ। ਹਾਲੇਲੂਇਆ। ਬਹੁਤ ਧੰਨਵਾਦ ਕਰਦੇ ਹਾਂ, ਬਹੁਤ ਸ਼ੁਕਰ ਕਰਦੇ ਹਾਂ। ਇੱਥੇ ਲਿਖਿਆ ਹੈ, ਮੇਰੇ ਯਿਸੂ ਨੇ ਸ਼ੈਤਾਨ ਦੇ ਹਰ ਅੱਡੇ ਨੂੰ ਭੰਨਿਆ ਸੀ। ਹਾਲੇਲੂਇਆ। ਇੱਥੇ ਲਿਖਿਆ ਭੰਨਿਆ ਸੀ ਨਹੀਂ, ਮੈਂ ਇੱਥੇ ਕਵਾਂਗੇ ਭੰਨਿਆ ਹੈ। ਅੱਜ ਵੀ ਹਰ ਅੱਡੇ ਨੂੰ ਭੰਨ ਰਿਹਾ ਹੈ, ਆਪਣੀ ਏੜੀ ਦੇ ਨਾਲ ਕੁਚਲ ਰਿਹਾ ਹੈ। ਸ਼ੈਤਾਨ ਦੀ ਹਰ ਇੱਕ ਚਾਲ ਨੂੰ ਉਹ ਨਾਕਾਮ ਕਰਦਾ ਹੈ। ਹਾਲੇਲੂਇਆ। ਕਿਉਂਕਿ ਉਹ ਸਿਰਫ ਪਾਸਟ ਦਾ ਖੁਦਾ ਨਹੀਂ ਹੈ। ਹਾਲੇਲੂਇਆ। ਕਿਉਂਕਿ ਉਹ ਕੱਲ ਅਤੇ ਯੁੱਗੋ ਯੁੱਗ ਦਾ ਖੁਦਾ ਹੈ, ਉਹ ਨਾ ਬਦਲਣ ਵਾਲਾ ਖੁਦਾ ਹੈ। ਹਾਲੇਲੂਇਆ। ਉਹ ਹੈ, ਉਹੀ ਸੀ ਤੇ ਉਹੀ ਆਉਣ ਵਾਲਾ ਹੈ। ਆਮੇਨ। ਖੁਦਾਵੰਦ ਦਾ ਧੰਨਵਾਦ ਕਰਦਾ ਹਾਂ। ਇੱਥੇ ਲਿਖਿਆ ਹੈ, ਤੇ ਮੌਜੂ ਲੱਗ ਗਈਆਂ ਲੱਗ ਗਈਆਂ ਨੇ। ਹਾਲੇਲੂਇਆ। ਸੱਚ ਹੈ ਕਿ ਉਹਦੀ ਦੁਲਹਨ ਦੀ ਇਸ ਟਾਈਮ ਮੌਜ ਹੈ। ਹਾਲੇਲੂਇਆ। ਮੌਜ ਕਿਸ ਚੀਜ਼ ਦੀ ਹੈ? ਮੌਜ ਵਚਨ ਦੀ ਹੈ। ਹਾਲੇਲੂਇਆ। ਕਿਉਂਕਿ ਜਦ ਏਲੀਆ ਸਾਰਫਤ ਦੀ ਵਿਧਵਾ ਦੇ ਕੋਲ ਆਇਆ ਸੀ, ਉਦੋਂ ਬਹੁਤ ਲੋਕ ਸਨ ਜੋ ਭੁੱਖੇ ਮਰ ਰਹੇ ਸੀ, ਪਰ ਉਸ ਵਿਧਵਾ ਦੇ, ਉਹਦੇ ਬੇਟੇ ਦੀ ਤੇ ਏਲੀਆ ਦੀ 3.5 ਸਾਲ ਤੱਕ ਮੌਜਾਂ ਲੱਗੀਆਂ ਸਨ। ਹਾਲੇਲੂਇਆ। ਇਸ ਦੁਲਹਨ ਦੀ ਵੀ 3.5 ਸਾਲ ਲਈ ਮੌਜਾਂ ਲੱਗਣ ਵਾਲੀਆਂ ਹਨ। ਜਦ ਇਸ ਧਰਤੀ ਦੇ ਉੱਤੇ ਅਕਾਲ ਪਏਗਾ, ਹਾਲੇਲੂਇਆ, ਅੱਗ ਬਰਸੇਗੀ, ਪਰ ਇਹ ਦੁਲਹਨ 3.5 ਸਾਲ ਮੌਜਾਂ ਚੜੇਗੀ। ਪ੍ਰਭੂ ਉਸਨੂੰ ਵਿਆਹ ਵਾਲੇ ਭੋਜ ਦੇ ਵਿੱਚ ਲਿਜਾ ਕੇ ਉਹਦੀਆਂ ਮੌਜਾਂ ਲਗਾਏਗਾ। ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਕਰਦਾ ਹਾਂ। ਇੱਥੇ ਲਿਖਿਆ ਹੈ, ਬਾਗੇ ਅਦਨ ਦਾ ਖੁੱਲਿਆ ਦਰਵਾਜਾ। ਆਮੇਨ। ਉਹਦੀ ਦੁਲਹਨ ਲਈ ਬਾਗੇ ਅਦਨ ਦਾ ਦਰਵਾਜਾ ਖੁੱਲ ਚੁੱਕਾ ਹੈ, ਕਿਉਂਕਿ ਯਿਸੂ ਆਪਣੀਆਂ ਬਾਹਾਂ ਫੈਲਾ ਕੇ ਉਸਨੂੰ ਬੁਲਾਉਂਦਾ ਹੈ ਕਿ ਆਤਮਾ ਕਲੀਸਿਆ ਨੂੰ ਕਹਿੰਦੀ ਹੈ, ਦੁਲਹਨ ਨੂੰ ਕਹਿੰਦੀ ਹੈ ਆ, ਤੇ ਦੁਲਹਨ ਵੀ ਕਹਿੰਦੀ ਹੈ ਆ। ਹਾਲੇਲੂਇਆ। ਉਹਦਾ ਮਿਲਾਪ ਹੈ। ਹਾਲੇਲੂਇਆ। ਤੇ ਮੌਜਾਂ ਲੱਗ ਗਈਆਂ ਹਨ। ਹਾਲੇਲੂਇਆ। ਤੇ ਦੁਲਹਨ ਦੀ ਤਾਂ ਮੈਂ ਕਹਿੰਦਾ ਧਰਤੀ ਦੇ ਉੱਤੇ ਵੀ ਮੌਜ ਹੈ। ਹਾਲੇਲੂਇਆ। ਕਿਉਂਕਿ ਇੱਥੇ ਦੁਲਹਨ ਨੂੰ ਪ੍ਰਭੂ ਨੇ 7ਵਾਂ ਦੂਤ ਦਿੱਤਾ ਹੈ, ਜਿਸ ਨੇ ਕਿ ਉਸ ਕਣਕ ਦੇ ਭੰਡਾਰ ਨੂੰ ਖੋਲ ਦਿੱਤਾ ਹੈ। ਸੱਚ ਹੈ, ਯੂਸਫ ਨੇ ਆਪਣੇ ਗੋਦਾਮ ਦੇ ਵਿੱਚੋਂ ਕਣਕ ਦੀਆਂ ਬੋਰੀਆਂ ਖੋਲ ਦਿੱਤੀਆਂ ਹਨ। ਹਾਲੇਲੂਇਆ। ਤੇ ਦੁਲਹਨ ਉਹਦੇ ਵਿੱਚੋਂ ਰਜ ਰਜ ਕੇ ਖਾ ਰਹੀ ਹੈ। ਹਾਲੇਲੂਇਆ।